ਮੱਥਾ ਟੇਕ ਕੇ ਪਰਿਵਾਰ ਵਾਪਸ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ। ਦੇਖ ਸਕਦੇ ਹੋ ਤਸਵੀਰਾਂ ਕਿਵੇਂ ਚਾਰੇ ਜੀ ਤੜਫ ਰਹੇ ਨੇ, ਕਿਸੇ ਦੀ ਲੱਤ ਟੁੱਟ ਗਈ ਹੈ ਤੇ ਕਿਸੇ ਦੀ ਬਾਂਹ ਟੁੱਟ ਗਈ ਹੈ। ਤਾਂ ਦੱਸ ਦਈਏ ਕਿ ਭਿਆਨਕ ਹਾਦਸਾ ਹੋਇਆ ਹੈ ਦਿੜਬਾ ਪਾਤੜਾ ਰੋਡ ਤੇ, ਜਿੱਥੇ ਨਾਮ ਚਰਚਾ ਘਰ ਦੇ ਕੋਲ ਇੱਕ ਟਿਓਸ ਕਾਰ ਦਾ ਬੁਰੀ ਤਰੀਕੇ ਦੇ ਨਾਲ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਣ ਤੋਂ ਬਾਅਦ ਕਾਰ ਦੇ ਪਰਖੱਚੇ ਉੜ ਗਏ। ਇਸ ਐਕਸੀਡੈਂਟ ਦੇ ਵਿੱਚ ਦੋ ਮਹਿਲਾਵਾਂ ਅਤੇ ਦੋ ਯੁਵਕ ਬੁਰੀ ਤਰੀਕੇ ਦੇ ਨਾਲ ਗੰਭੀਰ ਜ਼ਖਮੀ ਹੋਏ ਨੇ। ਦੱਸ ਦਈਏ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ, ਪਰ ਕਿਸੇ ਦੀ ਲੱਤ ਟੁੱਟ ਗਈ ਹੈ ਅਤੇ ਕਿਸੇ ਦੀ ਬਾਂਹ ਟੁੱਟ ਗਈ ਹੈ। ਮੌਕੇ 'ਤੇ ਲੋਕਾਂ ਨੇ ਇਕੱਠੇ ਹੋ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਇੱਕ ਆਟੋ ਦੇ ਅੰਦਰ ਗੱਦੇ ਵਿਛਾ ਕੇ ਜ਼ਖਮੀਆਂ ਨੂੰ ਪਾਇਆ ਗਿਆ ਅਤੇ ਫਿਰ ਬਾਅਦ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਤਾਂ ਦੱਸ ਦਈਏ ਕਿ ਹਾਦਸਾ ਬਹੁਤ ਹੀ ਭਿਆਨਕ ਹੋਇਆ ਹੈ। ਤੇਜ਼ ਰਫ਼ਤਾਰ ਕਾਰ ਸੀ, ਡਿਸਬੈਲੈਂਸ ਹੁੰਦੀ ਹੈ ਜਿਸ ਤੋਂ ਬਾਅਦ ਸਿੱਧਾ ਜਾ ਕੇ ਰੁੱਖ ਦੇ ਵਿੱਚ ਵੱਜਦੀ ਹੈ ਅਤੇ ਹਾਲ ਤੁਸੀਂ ਦੇਖ ਹੀ ਸਕਦੇ ਹੋ ਕਾਰ ਦਾ ਕੀ ਹੋਇਆ ਹੈ। ਪੂਰੀ ਤਰੀਕੇ ਦੇ ਨਾਲ ਪਰਖੱਚੇ ਉੜ ਗਏ ਨੇ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਸੜਕ 'ਤੇ ਤੜਫਦੇ ਰਹੇ ਜ਼ਖਮੀ ਲੋਕ ਇਕੱਠੇ ਹੋਏ ਅਤੇ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਆਓ ਮੌਕੇ 'ਤੇ ਲੋਕ ਇਕੱਠੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਇਸ ਹਾਦਸੇ ਦਾ ਕਾਰਨ ਕੀ ਸੀ। ਬਚਾਓ ਤਾਂ ਇਹ ਸਾਰਾ ਰਹਿ ਗਿਆ, ਸਿਰਫ ਹੱਥ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ, ਬਾਕੀ ਵਿਜਾਨੀ ਵਾਲਾ ਤਾਂ ਪਰੇਸ਼ਾਨ ਇੰਨਾ ਨਹੀਂ ਹੈਗਾ। ਬਾਕੀ ਇਹ ਤਾਂ ਐਕਸੀਡੈਂਟ ਬਹੁਤ ਭੈੜਾ ਹੋਇਆ, ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ। ਇਹ ਗੱਡੀ ਹੈਗੀ ਆ ਦੇਖੋ ਜੀ, ਇਹ 77-67 ਜੀ, ਅਲਟੋ ਜੀ। ਹਾਂਜੀ, ਕਿੰਨੇ ਬੰਦੇ ਵਿਅਕਤੀ ਸੀਗੇ? ਇਹ 4 ਸੀਗੇ ਜੀ, 2 ਲੇਡੀਜ਼ ਅਤੇ 2 ਬੰਦੇ ਜੀ। ਇਹ ਮਲੇਰਕੋਟਲੇ ਤੋਂ ਆ ਰਹੇ ਸੀਗੇ, ਪਿੰਡ ਇਹਨਾਂ ਦਾ ਸਰਸੇ ਕੋਲ ਹੈ, ਪਾਤਰਾ ਰਿਸ਼ਤੇਦਾਰੀ ਇਹਨਾਂ ਦੀ, ਉੱਧਰ ਜਾ ਰਹੇ ਸੀਗੇ। ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ? ਕੋਈ ਕਾਰਨ ਨਹੀਂ, ਕਾਰਨ ਕੋਈ ਨਹੀਂ, ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ, ਜਿਵੇਂ ਸਟੀਅਰਿੰਗ ਮੁੜ ਗਿਆ ਹੁੰਦਾ ਆਪਦੇ ਆਪ, ਉਹ ਚੀਜ਼ ਹੋਈ ਹੈ ਜੀ। ਕਿੰਨਾ ਖਤਰਨਾਕ ਐਕਸੀਡੈਂਟ? ਐਕਸੀਡੈਂਟ ਬਹੁਤ ਖਤਰਨਾਕ ਜੀ, ਜਾਨੀ ਨੁਕਸਾਨ ਬਚ ਗਿਆ ਜੀ? ਹਾਂ ਉਹ ਬਚ ਗਿਆ, ਬਾਕੀ ਸੱਟਾਂ ਬਹੁਤ ਜ਼ਿਆਦਾ ਨੇ ਜੀ। ਕਿੰਨੀ ਮਦਦ? ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਹੈ ਜੀ, ਆਪਣੀ ਦਿਲੋਂ। ਉਹ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ, ਸਭ ਨੇ ਦਿਲੋਂ ਮਦਦ ਕੀਤੀ ਹੈ ਜੀ। ਕੋਈ ਪ੍ਰਸ਼ਾਸਨ ਕੋਈ ਪਹੁੰਚਿਆ? ਕੋਈ ਨਾ, ਹਜੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ। ਕੱਲੇ ਹਸਪਤਾਲ ਭੇਜੇ ਗਏ ਜੀ? ਹਸਪਤਾਲ ਸੰਗਰੂਰ ਕਿਹੜਾ ਦਾ? ਬਾਬਾ ਵਿਆਸ ਨੇ ਭੇਜੇ ਉਰੇ ਜੀ, ਉਸ ਤੋਂ ਬਾਅਦ ਦੇਖੋ ਕਿੱਥੋਂ ਲੈ ਕੇ ਜਾਂਦੇ ਜੀ। ਮੱਥਾ ਟੇਕ ਕੇ ਪਰਿਵਾਰ ਵਾਪਸ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ। ਦੇਖ ਸਕਦੇ ਹੋ ਤਸਵੀਰਾਂ ਕਿਵੇਂ ਚਾਰੇ ਜੀ ਤੜਫ ਰਹੇ ਨੇ, ਕਿਸੇ ਦੀ ਲੱਤ ਟੁੱਟ ਗਈ ਹੈ ਅਤੇ ਕਿਸੇ ਦੀ ਬਾਂਹ ਟੁੱਟ ਗਈ ਹੈ। ਤਾਂ ਦੱਸ ਦਈਏ ਕਿ ਭਿਆਨਕ ਹਾਦਸਾ ਹੋਇਆ ਹੈ ਦਿੜਬਾ ਪਾਤੜਾ ਰੋਡ 'ਤੇ, ਜਿੱਥੇ ਨਾਮ ਚਰਚਾ ਘਰ ਦੇ ਕੋਲ ਇੱਕ ਟਿਓਸ ਕਾਰ ਦਾ ਬੁਰੀ ਤਰੀਕੇ ਦੇ ਨਾਲ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਣ ਤੋਂ ਬਾਅਦ ਕਾਰ ਦੇ ਪਰਖੱਚੇ ਉੜ ਗਏ। ਇਸ ਐਕਸੀਡੈਂਟ ਦੇ ਵਿੱਚ ਦੋ ਮਹਿਲਾਵਾਂ ਅਤੇ ਦੋ ਯੁਵਕ ਬੁਰੀ ਤਰੀਕੇ ਦੇ ਨਾਲ ਗੰਭੀਰ ਜ਼ਖਮੀ ਹੋਏ ਨੇ। ਦੱਸ ਦਈਏ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ, ਪਰ ਕਿਸੇ ਦੀ ਲੱਤ ਟੁੱਟ ਗਈ ਹੈ ਅਤੇ ਕਿਸੇ ਦੀ ਬਾਂਹ ਟੁੱਟ ਗਈ ਹੈ। ਮੌਕੇ 'ਤੇ ਲੋਕਾਂ ਨੇ ਇਕੱਠੇ ਹੋ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਇੱਕ ਆਟੋ ਦੇ ਅੰਦਰ ਗੱਦੇ ਵਿਛਾ ਕੇ ਜ਼ਖਮੀਆਂ ਨੂੰ ਪਾਇਆ ਗਿਆ ਅਤੇ ਫਿਰ ਬਾਅਦ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਤਾਂ ਦੱਸ ਦਈਏ ਕਿ ਹਾਦਸਾ ਬਹੁਤ ਹੀ ਭਿਆਨਕ ਹੋਇਆ ਹੈ। ਤੇਜ਼ ਰਫ਼ਤਾਰ ਕਾਰ ਸੀ, ਡਿਸਬੈਲੈਂਸ ਹੁੰਦੀ ਹੈ ਜਿਸ ਤੋਂ ਬਾਅਦ ਸਿੱਧਾ ਜਾ ਕੇ ਰੁੱਖ ਦੇ ਵਿੱਚ ਵੱਜਦੀ ਹੈ ਅਤੇ ਹਾਲ ਤੁਸੀਂ ਦੇਖ ਹੀ ਸਕਦੇ ਹੋ ਕਾਰ ਦਾ ਕੀ ਹੋਇਆ ਹੈ। ਪੂਰੀ ਤਰੀਕੇ ਦੇ ਨਾਲ ਪਰਖੱਚੇ ਉੜ ਗਏ ਨੇ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਸੜਕ 'ਤੇ ਤੜਫਦੇ ਰਹੇ ਜ਼ਖਮੀ ਲੋਕ ਇਕੱਠੇ ਹੋਏ ਅਤੇ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਆਓ ਮੌਕੇ 'ਤੇ ਲੋਕ ਇਕੱਠੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਇਸ ਹਾਦਸੇ ਦਾ ਕਾਰਨ ਕੀ ਸੀ। ਬਚਾਓ ਤਾਂ ਇਹ ਸਾਰਾ ਰਹਿ ਗਿਆ, ਸਿਰਫ ਹੱਥ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ, ਬਾਕੀ ਵਿਜਾਨੀ ਵਾਲਾ ਤਾਂ ਪਰੇਸ਼ਾਨ ਇੰਨਾ ਨਹੀਂ ਹੈਗਾ। ਬਾਕੀ ਇਹ ਤਾਂ ਐਕਸੀਡੈਂਟ ਬਹੁਤ ਭੈੜਾ ਹੋਇਆ, ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ। ਕਿਹੜੀ ਗੱਡੀ ਸੀ? ਇਹ ਗੱਡੀ ਹੈਗੀ ਆ ਦੇਖੋ ਜੀ, ਇਹ 77-67 ਜੀ, ਅਲਟੋ ਜੀ। ਹਾਂਜੀ, ਕਿੰਨੇ ਬੰਦੇ ਵਿਅਕਤੀ ਸੀਗੇ? ਇਹ 4 ਸੀਗੇ ਜੀ, 2 ਲੇਡੀਜ਼ ਅਤੇ 2 ਬੰਦੇ ਜੀ। ਇਹ ਮਲੇਰਕੋਟਲੇ ਤੋਂ ਆ ਰਹੇ ਸੀਗੇ, ਪਿੰਡ ਇਹਨਾਂ ਦਾ ਸਰਸੇ ਕੋਲ ਹੈ, ਪਾਤਰਾ ਰਿਸ਼ਤੇਦਾਰੀ ਇਹਨਾਂ ਦੀ, ਉੱਧਰ ਜਾ ਰਹੇ ਸੀਗੇ। ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ? ਕੋਈ ਕਾਰਨ ਨਹੀਂ, ਕਾਰਨ ਕੋਈ ਨਹੀਂ, ਇਹਦਾ ਜਿਵੇਂ ਚੌਂਦੀ ਲੱਗੀ ਹੈ ਕੋਈ, ਜਿਵੇਂ ਸਟੀਅਰਿੰਗ ਮੁੜ ਗਿਆ ਹੁੰਦਾ ਆਪਦੇ ਆਪ, ਉਹ ਚੀਜ਼ ਹੋਈ ਹੈ ਜੀ। ਕਿੰਨਾ ਖਤਰਨਾਕ ਐਕਸੀਡੈਂਟ? ਐਕਸੀਡੈਂਟ ਬਹੁਤ ਖਤਰਨਾਕ ਜੀ, ਜਾਨੀ ਨੁਕਸਾਨ ਬਚ ਗਿਆ ਜੀ? ਹਾਂ ਉਹ ਬਚ ਗਿਆ, ਬਾਕੀ ਸੱਟਾਂ ਬਹੁਤ ਜ਼ਿਆਦਾ ਨੇ ਜੀ। ਕਿੰਨੀ ਮਦਦ? ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਹੈ ਜੀ, ਆਪਣੀ ਦਿਲੋਂ। ਉਹ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ, ਸਭ ਨੇ ਦਿਲੋਂ ਮਦਦ ਕੀਤੀ ਹੈ ਜੀ। ਕੋਈ ਪ੍ਰਸ਼ਾਸਨ ਕੋਈ ਪਹੁੰਚਿਆ? ਕੋਈ ਨਾ, ਹਜੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ। ਕੱਲੇ ਹਸਪਤਾਲ ਭੇਜੇ ਗਏ ਜੀ? ਹਸਪਤਾਲ ਸੰਗਰੂਰ ਕਿਹੜਾ ਦਾ? ਬਾਬਾ ਵਿਆਸ ਨੇ ਭੇਜੇ ਉਰੇ ਜੀ, ਉਸ ਤੋਂ ਬਾਅਦ ਦੇਖੋ ਕਿੱਥੋਂ ਲੈ ਕੇ ਜਾਂਦੇ ਜੀ।